ਕਰਕੇ ਇਹਦੇ ਵਿੱਚ ਉਹਨਾਂ ਨੇ ਜੋ ਹਿੰਦੂ ਦੇਵੀ ਦੇਵਤਿਆਂ ਨਾਲ ਉਹਦੇ ਵਿੱਚ ਖਿਲਵਾੜ ਕੀਤਾ ਉਹਦੇ ਨਾਲ ਸਾਡੀ ਧਾਰਮਿਕ ਆਸਥਾ ਨੂੰ ਠੇਸ ਪਹੁੰਚੀ ਅਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਕਿ ਇਹ ਹਿੰਦੂ ਦੇਵੀ ਦੇਵਤਿਆਂ ਦੀ ਜਿਹੜੀ ਉਹ ਹੈ ਪ੍ਰੈਸਟੀਜ ਹੈ ਉਹਨੂੰ ਕੀਤਾ ਗਿਆ ਇਨਫਰਿੰਜ ਕੀਤਾ ਗਿਆ ਅਤੇ ਉਹਨੂੰ ਰੱਖ ਪਿੱਛੇ ਕੀਤਾ ਗਿਆ ਅਤੇ ਇਸ ਨਾਲ ਮੈਂ ਮਾਣਯੋਗ ਅਦਾਲਤ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਮਾਣਯੋਗ ਅਦਾਲਤ ਨੇ ਇਸ ਨੂੰ ਸਹੀ ਠਹਿਰਾਉਂਦੇ ਹੋਏ ਆਪਣਾ ਥਾਣੇ ਆਪਣਾ ਪੁਲਿਸ ਨੂੰ ਹਦਾਇਤ ਕੀਤੀ ਕਿ ਇਹਦੇ ਖਿਲਾਫ਼ ਪਰਚਾ ਦਿੱਤਾ ਜਾਵੇ ਮਾਣਯੋਗ ਅਦਾਲਤ ਨੰਗਲ ਵੱਲੋਂ ਇੱਕ ਆਰਡਰ ਆਇਆ ਹੈਗਾ ਜੀ ਵੀ ਇੱਕ ਕਾਣੇ ਦੇ ਵਿੱਚ ਇੱਕ ਸਪੈਸੀਫਿਕ ਧਰਮ ਦੇ ਖਿਲਾਫ਼ ਕੁਛ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਕੋਈ ਇੰਸੀਡੈਂਟ ਹੋਇਆ ਹੈਗਾ ਉਹਦੇ ਵਿੱਚ ਕੋਰਟ ਨੇ ਆਰਡਰ ਕੀਤੇ ਨੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਸੰਬੰਧੀ ਪਰਚਾ ਦਰਜ ਕਰਨ ਦੇ ਇਹਦੇ ਵਿੱਚ ਜਿਹੜਾ ਹੈਗਾ ਥਾਣੇ ਦੇ ਵਿੱਚ ਕੋਰਟ ਦੇ ਆਰਡਰਸ ਦੇ ਉੱਤੇ ਪਰਚਾ ਦਰਜ ਕੀਤਾ ਜਾ ਰਿਹਾ ਕਿ ਚਾਰ ਹੈਗੇ ਨੇ ਜੀ ਜਿਹੜੇ ਐਕਿਊਜ਼ ਨੇ ਮਿਸ ਪੂਜਾ ਪੰਜਾਬੀ ਸਿੰਗਰ ਹਰੀਸ਼ ਵਰਮਾ ਐਕਟਰ ਡਾਇਰੈਕਟਰ ਹੈਗਾ ਪੁਨੀਤ ਸਿੰਘ ਬੇਦੀ ਅਤੇ ਇੱਕ ਸਪੀਡ ਰੈਕੋਰਡਸ ਜਿਹੜਾ ਹੈਗਾ ਮਿਊਜ਼ੀਕਲ ਕੰਪਨੀ ਹੈ ਇਹਦੇ ਡਾਇਰੈਕਟਰ ਦੇ ਖਿਲਾਫ਼